ਜਿਹੜਾ ਲੰਗਰ ਸੰਗਤ ਨੂੰ ਛਕਾਉਣ ਦੇ ਲਈ ਤਿਆਰ ਕੀਤਾ ਜਾ ਰਿਹਾ ਤਾਂ ਉਹ ਲੰਗਰ ਤਿਆਰ ਕਿਵੇਂ ਕੀਤਾ ਜਾ ਰਿਹਾ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸੰਗਤ ਨੂੰ ਇਹ ਵੀ ਪਤਾ ਲੱਗ ਸਕੇ ਕਿ ਜਦੋਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਆ ਤਾਂ ਇੰਨੀ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਦੇ ਲਈ ਕਿਵੇਂ ਮਰਿਆਦਾ ਅਤੇ ਸਫਾਈ ਦਾ ਧਿਆਨ ਰੱਖਦੇ ਹੋਏ ਲੰਗਰ ਤਿਆਰ ਕਰਕੇ ਪਹੁੰਚਾਇਆ ਜਾਂਦਾ ਅਤੇ ਛਕਾਇਆ ਜਾਂਦਾ। ਹੁਣ ਤੁਹਾਨੂੰ ਦਿਖਾਉਣੇ ਆ ਇਹ ਗੁਰੂ ਕਾ ਲੰਗਰ ਇੱਥੇ ਤਿਆਰ ਹੋ ਰਿਹਾ। ਬਰਨਾਲਾ ਜ਼ਿਲ੍ਹੇ ਦਾ ਪਿੰਡ ਖੁੱਡੀ ਕਲਾਂ ਦੀ ਇਹ ਸੰਗਤ ਆ ਜਿਹੜੀ ਉਹ ਇਹ ਲੰਗਰ ਤਿਆਰ ਕਰ ਰਹੀ ਹੈ। ਸਭ ਤੋਂ ਪਹਿਲਾਂ ਇੱਧਰ ਇੱਕ ਟਰਾਲੀ ਖੜੀ ਹੈ ਜਿਹਦੇ ਵਿੱਚ ਮੈਨੂੰ ਸਿਲੰਡਰ ਅਤੇ ਹੋਰ ਰਸਦ ਕਾਫੀ ਨਜ਼ਰ ਆ ਰਿਹਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਸਾਹਿਬ ਮੈਂ ਸਮਝਣਾ ਚਾਹੂੰਗਾ ਕਿ ਮੈਂ ਦੇਖ ਰਿਹਾ ਕਿ ਪ੍ਰਬੰਧ ਮੱਖਣ ਲੱਸੀ ਸਾਗ ਮੱਕੀ ਦੀ ਰੋਟੀ ਗੁੜ ਸਾਰਾ ਕੁਝ ਚੱਲ ਰਿਹਾ, ਇਹ ਇੰਨਾ ਮੈਨੇਜ ਕਿਵੇਂ ਕੀਤਾ ਤੇ ਕਿਵੇਂ ਕਿਵੇਂ ਸੇਵਾ ਹੋ ਰਹੀ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਆਪ ਦੀ ਕਿਰਪਾ ਹੈ, ਛੋਟੇ ਸਾਹਿਬਜ਼ਾਦਿਆਂ ਦੀ ਮਾਤਾ ਗੁਜਰ ਕੌਰ ਦੀ ਕਿਰਪਾ ਹੈ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਸੀ ਕਿ ਖੀਸਾ ਮੇਰਾ ਹੱਥ ਸੰਗਤ ਦਾ, ਉਹਦੇ ਮੁਤਾਬਕ ਇਹ ਸੰਗਤ ਹੀ ਚਲਾ ਰਹੀਆਂ। ਆਹ ਸਾਡਾ ਸਟੋਰ ਹੈ ਸਮੁੱਚੇ ਨਗਰ ਨਿਵਾਸੀਆਂ ਦਾ, ਆਲੇ ਦੁਆਲੇ ਦਾ ਤਿਲ ਫੁੱਲ ਹਰ ਤਰ੍ਹਾਂ ਦੀ ਚੀਜ਼ ਇਹਦੇ 'ਚ ਸਟੋਰ 'ਚ ਜਮ੍ਹਾਂ ਹੁੰਦੀ ਹੈ। ਖੰਡ ਘਿਓ ਜੋ ਵੀ ਰਾਸ਼ਨ ਲੰਗਰ ਦੇ ਵਿੱਚ ਲੱਗਣਾ, ਉਸ ਤੋਂ ਬਾਅਦ ਇੱਥੋਂ ਸਟੋਰ 'ਚੋਂ ਸਮਾਨ ਕਲੈਕਟ ਕੀਤਾ ਜਾਂਦਾ। ਲੰਗਰ 'ਚ ਜੋ ਚਾਹੀਦਾ ਉਹਦੇ ਮੁਤਾਬਕ ਜਿਵੇਂ ਸਾਗ ਬਣਦਾ ਇਸ ਲੰਗਰ ਦੇ ਵਿੱਚ, ਖੁੱਡੀ ਕਲਾਂ ਦੀ ਸੰਗਤ ਆਲੇ ਦੁਆਲੇ ਦੀ ਇਲਾਕੇ ਦੀ, ਸਾਗ ਖੇਤਾਂ 'ਚੋਂ ਤਾਜ਼ਾ ਟੁੱਟ ਕੇ ਆਉਂਦਾ ਜੀ। ਤਾਜ਼ਾ ਟੁੱਟਿਆ ਸਾਗ ਇੱਥੇ ਸਾਫ਼ ਕੀਤਾ ਜਾਂਦਾ, ਫਿਰ ਇਹਨੂੰ ਕੁਤਰ ਕੇ ਇਹਦੇ ਵਿੱਚ ਕੱਟਿਆ ਜਾਂਦਾ। ਕੱਟਣ ਤੋਂ ਬਾਅਦ ਇਸ ਸਾਗ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਧੋਤਾ ਜਾਂਦਾ ਤਾਂ ਕਿ ਸੰਗਤ ਨੂੰ ਕੋਈ ਇਹਦੇ ਵਿੱਚ ਮਿੱਟੀ ਘੱਟਾ ਜਾਂ ਕੋਈ ਹੋਰ ਚੀਜ਼ ਨਾ ਰਹੇ। ਦੋ ਤਿੰਨ ਵਾਰ ਇਹਨੂੰ ਸਾਣ ਕੇ ਪਾਣੀ 'ਚ ਸਾਫ਼ ਕਰਕੇ ਫਿਰ ਇਹਨੂੰ ਦੇਗਿਆਂ 'ਚ ਧੋ ਕੇ ਸੰਗਤ ਨੌਜਵਾਨ ਗੁਰਮੁਖ ਜਿਹੜੇ ਸੇਵਾ ਕਰਦੇ ਆ ਦਿਨ ਰਾਤ ਉਹ ਲਿਜਾ ਕੇ ਭੱਠੀਆਂ 'ਤੇ ਉਹਨਾਂ ਨੂੰ ਦੇਗੇ ਦੇ ਵਿੱਚ ਉਬਾਲਾ ਦਿੰਦੇ ਆ ਜੀ। ਉਹ ਵੀ ਦੇਖ ਲਈਏ ਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਸਾਗ ਕਿੱਦਾਂ ਦੇ ਬਰਤਨ 'ਚ ਕਿਵੇਂ ਤੁਸੀਂ ਤਿਆਰ ਕਰ ਰਹੇ ਹੋ? ਪਹਿਲਾਂ ਸਾਗ ਨੂੰ ਇੱਥੇ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ, ਇਹਦੇ ਵਿੱਚ ਉਬਾਲਿਆ ਜਾਂਦਾ ਤਾਂਬੇ ਦੇ ਬਰਤਨ 'ਚ, ਕਿਉਂਕਿ ਤਾਂਬੇ ਦੇ ਵਿੱਚ ਕਈ ਤੱਤਾਂ ਰਲੀਆਂ ਹੁੰਦੀਆਂ ਨੇ ਜਿਹੜੀਆਂ ਸਾਗ ਦੇ ਵਿੱਚ ਮਿਲ ਕੇ ਇਨਸਾਨ ਨੂੰ ਖਾਣ ਨੂੰ ਵੀ ਸਕੂਨ ਮਿਲਦਾ ਅਤੇ ਇਹਦੇ 'ਚ ਸਾਗ ਦੀ ਤਾਜ਼ਗੀ ਵੀ ਵਧੀਆ ਬਣਦੀ ਹੈ। ਇਹਦੇ 'ਚੋਂ ਤਿਆਰ ਹੋ ਕੇ ਦੂਸਰੀ ਟੋਕਣੀ ਦੇ ਵਿੱਚ ਜਾਂਦਾ, ਫਿਰ ਇਹਦੇ ਵਿੱਚੋਂ ਜਦੋਂ ਰਿੱਝ ਜਾਂਦਾ ਚੰਗੀ ਤਰ੍ਹਾਂ ਉਹਨੂੰ ਤੜਕਾ ਲਾਉਣ ਵਾਸਤੇ ਤਿਆਰ ਕੀਤਾ ਜਿਹੜਾ ਜਾਂਦੇ ਜਾ ਕੇ ਗੰਢੇ ਚੀਰੇ ਜਾਂਦੇ ਨੇ, ਗ੍ਰਾਇੰਡ ਕੀਤਾ ਜਾਂਦਾ ਜਦੋਂ ਸੰਗਤ ਲਈ ਖਵਾਉਣ ਵਾਸਤੇ ਤਿਆਰ ਕਰਨਾ। ਜਿਵੇਂ ਕਹਿੰਦੇ ਕਿ ਘਰਾਂ ਦੇ ਵਿੱਚ ਤਾਂ ਘੋਟਾ ਲਾਇਆ ਜਾਂਦਾ ਅਤੇ ਉਹ ਘੋਟਾ ਫਿਰ ਕਿਵੇਂ ਲੱਗਦਾ? ਘੋਟਾ ਜਿਹੜਾ ਇਹਨੂੰ ਗ੍ਰਾਇੰਡ ਕਰਕੇ ਜੀ ਇਹਨੂੰ ਪੂਰਾ ਆਲਣ ਉਲਣ ਲਾ ਕੇ ਮੱਕੀ ਦਾ ਆਟੇ ਦਾ ਤਿਆਰ ਕਰਕੇ ਫਿਰ ਇਹਨੂੰ ਇੱਕ ਟੱਬਾਂ 'ਚ ਤਬਦੀਲ ਕੀਤਾ ਜਾਂਦਾ। ਜਿਹੜੇ ਟੱਬਾਂ ਤੋਂ ਬਾਅਦ ਜਦੋਂ ਸਾਗ ਲੰਗਰ ਦੇ ਵਿੱਚ ਪਹੁੰਚ ਜਾਂਦਾ ਨਾਲ ਦੀ ਨਾਲ ਉਹਨਾਂ ਲਈ ਇੱਕ ਲੱਸੀ ਦਾ ਪ੍ਰਬੰਧ ਕੀਤਾ ਗਿਆ, ਮੱਖਣ ਦਾ ਪ੍ਰਬੰਧ ਜੀ ਜੀ ਜੀ, ਲੱਖੀ ਦਾ ਲਸਣ ਦਾ, ਉਹ ਲਸਣ ਵਗੈਰਾ ਤਿਆਰ ਕਰਕੇ ਆ ਉਦੋਂ ਬਾਅਦ ਲੱਸੀ ਆ ਜਿਹੜੀ ਉਹ ਸਮੂਹ ਸਾਧ ਸੰਗਤ ਵਾਸਤੇ ਲੱਸੀ ਵੀ ਤਿਆਰ ਕੀਤੀ ਜਾਂਦੀ ਹੈ ਅਤੇ ਨਾਲ ਦੇ ਨਾਲ ਜਿਹੜਾ ਮੱਖਣ ਆਉਂਦਾ ਤਾਜ਼ਾ ਉਹ ਮੱਖਣ ਕੱਢਿਆ ਜਾਂਦਾ। ਆਹ ਦੇਖੋ ਤਿਆਰ ਹੋ ਰਿਹਾ ਮੱਖਣ ਤਾਜ਼ਾ ਮੌਕੇ 'ਤੇ, ਤਾਜ਼ਾ ਸਾਧ ਜਿਹੜਾ ਹਰੇਕ ਚੀਜ਼ ਤਾਜ਼ੀ, ਇਹ ਨਾ ਕਿ ਸੰਗਤ ਦੇ ਮਨ ਨੂੰ ਇਹ ਹੋਵੇ ਕਿ 10 ਦਿਨ ਦੀ ਚੀਜ਼ ਹੈ 5 ਦਿਨ ਦੀ ਹੈ। ਜਿਹੜਾ ਇੰਨੀ ਵੱਡੀ ਮਾਤਰਾ ਦਹੀਂ ਵਗੈਰਾ ਦੁੱਧ ਫਿਰ ਕਿੱਥੋਂ ਆ ਰਿਹਾ, ਕਿੱਥੇ ਦਹੀਂ ਤਿਆਰ ਕੀਤਾ ਜਾ ਰਿਹਾ? ਸਰ ਪਿੰਡ ਖੁੱਡੀ ਕਲਾਂ ਡੇਰਾ ਸੰਤ ਬਾਬਾ ਮੱਘਰ ਦਾਸ ਜੀ ਦਾ, ਸੰਤ ਬਾਬਾ ਮਾਨ ਦਾਸ ਜੀ ਦੇ ਨਾਂ 'ਤੇ ਹੈ। ਸਾਂਝੇ ਥਾਂ 'ਤੇ ਸਾਰੇ ਨਗਰ ਦਾ ਦੁੱਧ ਇਕੱਠਾ ਹੁੰਦਾ, ਤਾਜ਼ਾ ਦੁੱਧ ਉੱਥੇ ਦਹੀਂ ਜਮਾਇਆ ਜਾਂਦਾ ਰਾਤ ਨੂੰ। ਜਿੰਨੇ ਡਰੰਮ, 4 ਡਰੰਮਾਂ ਦੀ ਲੋੜ ਹੈ, 5 ਦੀ ਜਿਵੇਂ ਆ ਡਰੰਮ ਸਾਡੇ ਕੋਲ ਆਏ ਪਏ ਨੇ ਦਹੀਂ ਜੰਮੇ, ਅਤੇ ਉਹ ਜੰਮ ਨਾਲ ਦੀ ਨਾਲ ਇਹਨੂੰ ਐਂ
ਜਿਹੜਾ ਮੱਖਣ ਹੈ ਇਹਦਾ ਕੱਢਿਆ ਜਾਂਦਾ ਹੈ। ਤਾਂ ਹਰ ਰੋਜ਼ ਸਵੇਰੇ ਜਿੰਨੀ ਲੋੜ ਹੈ ਦਹੀਂ ਵਗੈਰਾ ਜੰਮ ਕੇ ਪਿੰਡ ਤੋਂ ਆਉਂਦਾ? ਰਾਤ ਤੇ ਸਾਡੇ ਕੋਲੇ ਪਹੁੰਚ ਜਾਣਾ ਹੁੰਦਾ, ਕਿਉਂਕਿ ਤੜਕੇ ਨੂੰ ਸਵੇਰ ਨੂੰ ਸਾਰੀ ਰਾਤ 11-12 ਵਜੇ ਤੱਕ ਲੰਗਰ ਚੱਲਦਾ। ਕੋਈ ਕਮੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਲੰਗਰ 'ਚ ਤੋਟ ਨਹੀਂ ਆਉਂਦੀ। ਕਦੋਂ ਕਦੋਂ ਤੁਸੀਂ ਇੱਥੇ ਲੰਗਰ ਲਾ ਰਹੇ? ਇਹ ਤਕਰੀਬਨ ਕੋਈ 8-9 ਸਾਲ ਤੋਂ ਲਗਾਤਾਰ ਇਹ ਲੰਗਰ ਲੱਗ ਰਿਹਾ। ਪਹਿਲਾਂ ਜਗ੍ਹਾ ਥੋੜ੍ਹੀ ਸੀ, ਸਾਡੀ ਸਮੂਹ ਸਾਧ ਸੰਗਤ ਦੇ ਪ੍ਰਬੰਧ ਨੂੰ ਦੇਖ ਕੇ ਸ਼੍ਰੋਮਣੀ ਕਮੇਟੀ ਨੇ ਵੀ ਆਲੇ ਦੁਆਲੇ ਵਾਲਿਆਂ ਨੇ ਵੀ ਇਹ ਲੰਗਰ ਦੀ ਜਗ੍ਹਾ ਸਾਨੂੰ ਹੋਰ ਵਧਾਤੀ, ਹੋਰ ਵੀ ਉਪਰਾਲਾ ਕਰ ਰਿਹਾ ਕਿ ਇਹਨੂੰ ਹੋਰ ਬਿਹਤਰ ਸੰਗਤ ਦੇ ਸੁਝਾਅ ਨਾਲ ਇਹਨੂੰ ਬਣਾਇਆ ਜਾਵੇ। ਤਾਂ ਪਿੱਛੇ ਪਿੱਛੇ ਬੀਬੀਆਂ ਮੈਨੂੰ ਹੁਣ ਨਜ਼ਰ ਪਈਆਂ ਜੀ, ਬੀਬੀਆਂ ਪ੍ਰਸ਼ਾਦਾ ਤਿਆਰ ਕਰ ਰਹੀਆਂ, ਆਟਾ ਵੀ ਮੱਕੀ ਦਾ ਵੱਖਰਾ ਗੁੰਨਿਆ ਪਿਆ, ਇਹਦੇ ਬਾਰੇ ਵੀ ਦੱਸ ਦਿਓ ਜੀ। ਜਿਹੜਾ ਪੰਜਾਬ ਦਾ ਕਲਚਰ ਆ ਉਹ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਮੱਖਣ, ਲੱਸੀ, ਇਹ ਮੱਕੀ ਦਾ ਆਟਾ ਗੁੰਨ ਕੇ ਤਿਆਰ ਕੀਤਾ ਜਾਂਦਾ ਹੈ। ਇਹ ਜਿਹੜੀਆਂ ਬੀਬੀਆਂ ਨੇ ਆਪਣੀ ਸੇਵਾ ਅਨੁਸਾਰ, ਆਪਣੀ ਸ਼ਰਧਾ ਦੇ ਅਨੁਸਾਰ, ਆਪਣੇ ਸਮੇਂ ਦੇ ਅਨੁਸਾਰ, ਆਪਣੀ ਉਮਰ ਦੇ ਅਨੁਸਾਰ ਜਿੰਨੀ ਵੀ ਸੇਵਾ ਇਹਨਾਂ ਤੋਂ ਹੁੰਦੀ ਆ ਉਨੀ ਇਹ ਆਪਣੀ ਸੇਵਾ ਕਰਨ ਦਾ ਯਤਨ ਕਰਦੀਆਂ ਨੇ। ਜਿਹੜਾ ਸੱਚੇ ਪਾਤਸ਼ਾਹ ਦਾ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਵੀ ਭੇਟ ਕਰਦੀਆਂ ਨੇ ਅਤੇ ਆਪਣਾ ਸੇਵਾ 'ਚ ਜਿਹੜਾ ਹੱਥ ਵੀ ਵਟਾਉਂਦੀਆਂ ਨੇ। ਮੱਕੀ ਦਾ ਪ੍ਰਸ਼ਾਦਾ ਜਿਹੜਾ ਸੰਗਤ ਵਾਸਤੇ ਤਿਆਰ ਹੋ ਰਿਹਾ ਹੈ, ਇਹ ਤਾਜ਼ਾ ਤਾਜ਼ਾ ਪ੍ਰਸ਼ਾਦਾ ਸਾਰੀ ਸੰਗਤ ਨੂੰ ਜਿਹੜਾ ਸਕਾਇਆ ਜਾਂਦਾ ਤਾਂ ਕਿ ਪ੍ਰਸ਼ਾਦਾ ਲੈਣ ਵੇਲੇ ਕਿਸੇ ਨੂੰ ਕੋਈ ਐਂ ਨਾ ਹੋਵੇ ਕਿ ਮੈਨੂੰ ਠੰਡਾ ਪ੍ਰਸ਼ਾਦਾ ਲੰਗਰ 'ਚ ਮਿਲਿਆ। ਹਰ ਦੀ ਭਾਵਨਾ ਦਾ ਪੂਰਾ ਖਿਆਲ ਰੱਖਿਆ ਜਾਂਦਾ, ਇਹ ਲੰਗਰ ਦੀ ਮਹੱਤਤਾ ਗੁਰੂ ਪਾਤਸ਼ਾਹ ਦੇ ਦੀ। ਤਾਂ ਸੰਗਤ ਜੀ, ਇਸ ਤਰੀਕੇ ਇਹ ਲੰਗਰ ਪ੍ਰਸ਼ਾਦਾ ਤਿਆਰ ਹੋ ਰਿਹਾ, ਸਾਗ ਤਿਆਰ ਹੋ ਰਿਹਾ, ਤਾਜ਼ਾ ਮੱਖਣ ਤਿਆਰ ਹੋ ਰਿਹਾ, ਇਸੇ ਤਰੀਕੇ ਸੰਗਤ ਨੂੰ ਛਕਾਉਣ ਦੇ ਲਈ। ਇੱਕ ਚੀਜ਼ ਹੋਰ ਕਹਿੰਦੇ ਆ ਕਿ ਜਦੋਂ ਛਕਛਕਾ ਲੈਂਦੀ ਹੈ ਸੰਗਤ ਤਾਂ ਉਹਨਾਂ ਦੇ ਬਰਤਨਾਂ ਦੀ ਸਫਾਈ ਬਹੁਤ ਜ਼ਰੂਰੀ ਹੈ, ਉਹ ਵੀ ਤੁਹਾਨੂੰ ਦਿਖਾ ਦਈਏ। ਉਹ ਪਰਲੇ ਪਾਸੇ ਸੰਗਤ ਹੈ ਜਿਹੜੀ ਉਹ ਲੱਗੀ ਪਈ ਹੈ, ਉਹ ਸੰਗਤ ਕਿਵੇਂ ਸੇਵਾ ਕਰ ਰਹੀ ਹੈ ਇਹ ਵੀ ਬਹੁਤ ਜ਼ਰੂਰੀ ਹੈ ਕਿ ਇਹ ਦੇਖੋ ਇਹ ਨੌਜਵਾਨ ਮੁੰਡੇ ਇਹ ਸੇਵਾ ਕਰ ਰਹੇ ਜੀ, ਬਰਤਨਾਂ ਦੀ, ਬਰਤਨਾਂ ਦੇ ਸਾਫ਼ ਕਰਨ ਦੀ ਸੇਵਾ ਇਹਨਾਂ ਮੁੰਡਿਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਪਹਿਲਾਂ ਬਾਹਰੋਂ ਬਰਤਨ ਇਕੱਠੇ ਹੋ ਕੇ ਇੱਥੇ ਆਉਂਦੇ ਆ, ਪਾਣੀ ਗਰਮ ਤਿਆਰ ਹੈ ਔਰ ਬਰਤਨ ਸਾਫ਼ ਹੋ ਰਿਹਾ ਤਾਂ ਕਿ ਮਰਿਆਦਾ ਮੁਤਾਬਕ ਸੁਚਮਤਾ ਦੇ ਨਾਲ ਪ੍ਰਸ਼ਾਦਾ ਪਾਣੀ ਸੰਗਤ ਨੂੰ ਛਕਾਇਆ ਜਾ ਸਕੇ। ਤਾਂ ਇਹ ਸੇਵਾ ਭਾਵ ਹੈ ਸ਼ਹੀਦੀ ਜੋੜ ਮੇਲ 'ਤੇ ਨਤਮਸਤਕ ਹੋਣ ਦੇ ਲਈ ਆਈ ਸੰਗਤ ਦੀ ਸ਼ਰਧਾ ਭਾਵ ਅਤੇ ਉਸ ਸੰਗਤ ਦੀ ਸੇਵਾ ਕਰਕੇ ਪੁੰਨ ਲੈਣ ਦੇ ਲਈ, ਆਪਣੇ ਹਿੱਸੇ ਗੁਰੂ ਘਰ ਦੀ ਸੇਵਾ ਪ੍ਰਾਪਤ ਕਰਨ ਦੇ ਲਈ, ਬਖਸ਼ਿਸ਼ਾਂ ਪ੍ਰਾਪਤ ਕਰਨ ਦੇ ਲਈ ਗੁਰੂ ਨਾਨਕ ਦਾ, ਬਾਬੇ ਨਾਨਕ ਦਾ ਲਾਇਆ ਲੰਗਰ ਅੱਜ ਵੀ ਉਸੇ ਤਰ੍ਹਾਂ ਅਤੁੱਟ ਵਰਤ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।